ਐਨ ਮੁਹੰਮਦ ਖਾਨ ਸੱਜਾਦ ਬੜੇ ਬਹੁਤ ਸੋਹਣੇ ਅੰਦਾਜ਼ ਨਾਲ ਸ਼ੇਰ ਪੜ੍ਹਦੇ ਪਏ ਹਨ। ਮੈਂ ਹੁਣ ਇਸ ਮੁਸ਼ਾਇਰੇ ਦੇ ਮੇਜ਼ਬਾਨ ਗੁਲਾਮ ਜਿਲਾਨੀ ਜੱਪਾ ਹੋਰਾਂ ਨੂੰ ਦਾਵਾ ਦਿੰਦਾ ਕਿ ਉਹ ਆ ਕੇ ਚੰਦ ਸ਼ੇਰ ਪੇਸ਼ ਕਰੇ। ਗੁਲਾਮ ਜਿਲਾਨੀ ਜੱਪਾ ਵੇਖੋ ਨਾ ਇਸਤਕਬਾਲ ਇਸ ਵਾਸਤੇ ਸ਼ਾਇਰ ਜੋ ਵੀ ਆਵੇ ਉਹਨੂੰ ਤਾਲੀਆਂ ਨਾਲ ਉਹਦਾ ਇਸਤਕਬਾਲ ਕਰਨਾ ਹੈ, ਸਮਝ ਆਈ? ਕਿਉਂਕਿ ਉਹ ਇੱਕ ਸਜਾਵਟ ਹੈ ਔਰ ਸ਼ਾਇਰ ਦਾ ਹੌਸਲਾ ਅਫਜ਼ਾਈ ਹੁੰਦਾ। ਸਭ ਤੋਂ ਪਹਿਲਾਂ ਮੈਂ ਪੰਜਾਬੀ ਦੀ ਇੱਕ ਗਜ਼ਲ ਜਿਹੜੀ ਹੈ ਉਹ ਪੇਸ਼ ਕਰਾਂਗਾ, ਉਸ ਤੋਂ ਬਾਅਦ ਇੱਕ ਨਜ਼ਮ ਇੱਕ ਮੁਨਫਰਿਦ ਖਿਆਲ ਦਰਵੇਸ਼ ਦੇ ਨਾਂ ਤੋਂ। ਗਜ਼ਲ ਹੈ, ਇਸ਼ਕ ਨੇ ਦਿੱਤਾ ਹੈ ਮੈਨੂੰ ਫਾ, ਇਸ਼ਕ ਨੇ ਦਿੱਤਾ ਹੈ ਮੈਨੂੰ ਫਾ, ਔਖੇ ਹੋ ਗਏ ਲੈਣੇ ਸਾ। ਇਸ਼ਕ ਨੇ ਦਿੱਤਾ ਮੈਨੂੰ ਫਾ, ਔਖੇ ਹੋ ਗਏ ਲੈਣੇ ਸਾ, ਮਾਹੀ ਮੈਨੂੰ ਨਜ਼ਰ ਨਾ ਆਵੇ, ਚੜ ਚੜ ਕੋਠੇ ਵੇਖਾਂ ਰਾਹ। ਮਾਹੀ ਮੈਨੂੰ ਨਜ਼ਰ ਨਾ ਆਵੇ, ਚੜ ਚੜ ਕੋਠੇ ਵੇਖਾਂ ਰਾਹ, ਤੇਰਾ ਲੁਕ ਲੁਕ ਰਹਿਣਾ ਮੈਥੋਂ, ਤੇਰਾ ਲੁਕ ਲੁਕ ਰਹਿਣਾ ਮੈਥੋਂ, ਦਿਲ ਦੀ ਕੋਠੀ ਦੇਸੀ ਡਾ, ਤੇਰਾ ਲੁਕ ਲੁਕ ਰਹਿਣਾ ਮੈਥੋਂ, ਦਿਲ ਦੀ ਕੋਠੀ ਦੇਸੀ ਡਾ, ਜਿੰਨੀ ਤੂੰ ਸਜ਼ਾਏ ਦਿੱਤੀ ਜੁਰਮ ਤਾਂ ਏਡਾ ਮੇਰਾ ਨਾ, ਜਿੰਨੀ ਤੂੰ ਸਜ਼ਾਏ ਦਿੱਤੀ ਜੁਰਮ ਤਾਂ ਏਡਾ ਮੇਰਾ ਨਾ, ਕਿਹੜਾ ਜ਼ਾਲਿਮ ਕੌਣ ਮਜ਼ਲੂਮ ਹੈ, ਕਿਹੜਾ ਜ਼ਾਲਿਮ ਕੌਣ ਮਜ਼ਲੂਮ ਹੈ, ਰੱਬਾ ਸਾਡਾ ਤੂੰ ਗਵਾਹ। ਹਰ ਥਾਂ ਯਾਰੀ ਦਿੱਸੇ ਮੈਨੂੰ, ਹਰ ਥਾਂ ਯਾਰੀ ਦਿੱਸੇ ਮੈਨੂੰ, ਖਾਲੀ ਉਸ ਥੀਂ ਕੋਈ ਨਾ ਜਾ, ਮੇਰੇ ਕੌਣ ਨਿਮਾਣਾ ਇੱਥੇ ਰੁਲਦੇ ਡਿੱਠੇ ਕਈ ਨੇ ਸ਼ਾਹ, ਮੇਰੇ ਕੌਣ ਨਿਮਾਣਾ ਇੱਥੇ ਰੁਲਦੇ ਡਿੱਠੇ ਕਈ ਨੇ ਸ਼ਾਹ। ਨਜ਼ਮੇ ਜੀ ਉਸਦੇ ਚੰਦ ਜਿਹੜੇ ਨਾ ਅਸ਼ਾਰ ਦਰਵੇਸ਼ ਦੇ ਨਾਂ ਤੋਂ ਇਹ ਨਜ਼ਮੇ। ਇਸਦਾ ਪਹਿਲਾ ਹਿੱਸਾ ਜੀ ਮੂੰਹ ਮੁਆਂਦਰਾ। ਦਰਵੇਸ਼ਾਂ ਦੀਆਂ ਕਾਫੀ ਕਿਸਮਾਂ ਆਉਂਦੀਆਂ ਔਰ ਜਿਹੜੀ ਨਕਲ ਹੁੰਦੀ ਹੈ ਉਹ ਵੀ ਉਸਦੀ ਹੁੰਦੀ ਹੈ ਜਿਹੜੀ ਦੀ ਮੰਗ ਹੋਵੇ, ਮਸਲਨ ਸੋਨਾ ਹੈ ਤਾਂ ਉਸਦੀ ਕਾਪੀ ਜਾਂ ਉਸਦੀ ਨਕਲ ਜਾਂ ਬਣਾਵਟ ਜਿਹੜੀ ਉਹ ਬਣਾਈ ਜਾਂਦੀ ਹੈ। ਦਰਵੇਸ਼ ਇੱਕ ਕੀਮਤੀ ਚੀਜ਼ ਹੈ ਔਰ ਉਸ ਤਰ੍ਹਾਂ ਇੱਕ ਦਰਵੇਸ਼ ਇਹ ਹਕੀਕੀ ਹੁੰਦਾ ਔਰ ਉਸ ਤਰ੍ਹਾਂ ਦੂਸਰੇ ਦਰਵੇਸ਼ ਜਿਹੜੇ ਨੂੰ ਜੇਲੀ ਡੱਬਾ ਪੀਰ ਉਸ ਤਰ੍ਹਾਂ ਵੀ ਕਾਫੀ ਸਿਲਸਿਲਾ ਚੱਲ ਰਿਹਾ ਹੁੰਦਾ। ਤਾਂ ਮੂੰਹ ਮੁਆਂਦਰਾ ਪਹਿਲਾ ਹਿੱਸਾ ਹੈ। ਵੱਖੋ ਵੱਖ ਇਨਾਂਦੇ ਰੰਗ, ਵੱਖੋ ਵੱਖ ਨੇ ਸ਼ਕਲਾਂ, ਵੱਖੋ ਵੱਖ ਇਨਾਂਦੇ ਰੰਗ, ਵੱਖੋ ਵੱਖ ਨੇ ਸ਼ਕਲਾਂ, ਕੁਝ ਜਲਾਲੀ ਕੁਝ ਜਮਾਲੀ, ਕੁਝ ਕਰ ਬੈਠੇ ਗੁੰਮ ਨੇ ਅਕਲਾਂ, ਸਾਵੇ ਸੂਵੇ ਚੋਲੇ ਪਾ ਕੇ ਫਿਰਦੇ ਵਾਂਗ ਸਦਾਈਆਂ, ਲੰਬੀ ਦਾੜੀ ਲੰਬੀਆਂ ਜ਼ੁਲਫਾਂ, ਭੁੱਲੇ ਸਭ ਵਿਡਿਆਈਆਂ, ਰਾਂਝੇ ਵਾਂਗੂ ਕੰਨ ਪੜਵਾ ਕੇ ਟੁਰਦੇ ਬਣ ਕੇ ਜੋਗੀ, ਰਾਂਝੇ ਵਾਂਗੂ ਕੰਨ ਪੜਵਾ ਕੇ ਟੁਰਦੇ ਬਣ ਕੇ ਜੋਗੀ, ਕਈ ਦੀ ਅੱਖੀ ਬੁੱਕ ਬੁੱਕ ਰੋਵਣ, ਦਿਲ ਉਹਨਾਂ ਦੇ ਰੋਗੀ। ਅੱਛਾ, ਇਸਦੇ ਵਿੱਚ ਉਹਨਾਂ ਦੇ ਮੁਖਤਲਿਫ ਨਾਂ ਹਨ, ਸਾਡੀ ਆਵਾਮ ਜਿਹੜੀ ਹੈ ਕੁਛ ਉਹਨਾਂ ਨੂੰ ਕਦਰ ਦੇ ਨਾਲ ਵੇਖਦੀ ਹੈ, ਕੁਝ ਜਿਹੜੇ ਨੇ ਉਹ ਠੱਠਾ ਮਜ਼ਾਕ ਉਸ ਤਰ੍ਹਾਂ ਉਹਨਾਂ ਦੇ ਨਾਂ ਰੱਖੇ ਮੁਖਤਲਿਫ ਲੋਕਾਂ ਨੇ। ਔਰ ਇਹ ਜਿਹੜੀ ਸਾਡੀ ਵਸਨੀਕ ਹੈ ਉਸਦੇ ਇੱਕ ਜਿਹੜਾ ਤੁਹਾਨੂੰ ਮੈਂ ਪੇਸ਼ ਕਰਨਾ ਚਾਹੁੰਦਾ ਕਿ ਚੇਲੇ ਛੇਲੇ ਲਿਬਾਂ ਵਾਲੇ ਇਹਨੇ ਨਾ ਇਨਾਂਦੇ, ਜਿਹੜੇ ਲੋਕ ਇੱਥੇ ਬੋਲਦੇ ਚੇਲੇ ਛੇਲੇ ਲਿਬਾਂ ਵਾਲੇ ਇਹਨੇ ਨਾ ਇਨਾਂਦੇ, ਕਰਨੀ ਵਾਲੇ ਵਿਰਲੇ ਸਦਾਵਣ ਚੰਗੇ ਨਸੀਬ ਜਿਨਾਂ ਦੇ, ਦਮ ਦਰੂਦ ਮੁਰੀਦੀ ਪੇਸ਼ਾ ਕੁਝ ਕਰਦੇ ਨਾਲ ਹਕੀਮੀ, ਕੁਝ ਸ਼ਰੀਅਤ ਨੂੰ ਸਿਰ ਮੱਥੇ ਰੱਖਣ ਨਾਲ ਅਖਲਾਕ ਕਰੀਮੀ, ਕਈ ਠੱਗ ਅਯਾਰ ਸ਼ੈਤਾਨ ਕਮੀਨੇ ਬਣਾਉਂਦੇ ਰੂਪ ਇਨਾਂ ਦੇ, ਜਾਦੂ ਟੋਣਾ ਯਾਰ ਮਿਲਾਣਾ ਰੰਨਾ ਤਾੜਨ ਕੰਮ ਉਨਾਂ ਦੇ।
ਕਈ ਲਾਵਣ ਕਈ ਲਾਵਣ ਖਲ ਮੁਰੀਦਾਂ ਦੀ ਕਈ ਖੁਦ ਖੁਦਾ ਬਣ ਜਾਵਣ ਇਸ ਤਰ੍ਹਾਂ ਦੇ ਵੀ ਦਰਵੇਸ਼ ਹੁੰਦੇ ਕਈ ਲਾਵਣ ਖਲ ਮੁਰੀਦਾਂ ਦੀ ਕਈ ਖੁਦ ਖੁਦਾ ਬਣ ਜਾਵਣ ਕਈ ਪੁੱਤਰ ਦੇਵਣ ਕੁੜੀਆਂ ਨੂੰ ਜਿਨ ਚੁੜੇਲ ਨਸਾਵਣ ਰਾਜ਼ ਹਕੀਕਤ ਦੱਸਣ ਵਾਲੇ ਲੱਭਣ ਵਿੱਚ ਥੋੜੇ ਰਾਜ਼ ਹਕੀਕਤ ਦੱਸਣ ਵਾਲੇ ਲੱਭਣ ਜੱਗ ਵਿੱਚ ਥੋੜੇ ਖੁਦੀ ਤਕੱਬਰ ਸਭ ਮਜਾ ਕੇ ਕਿਹੜਾ ਰੱਬ ਨਾਲ ਜੋੜੇ। ਅੱਛਾ ਹੁਣ ਹਕੀਕੀ ਦਰਵੇਸ਼ ਦੀਆਂ ਆਪਣੇ ਨਾਲ ਗੱਲਾਂ ਉਸਦੀ ਖੁਦ ਕਲਾਮੀ ਆਖਰੀ ਬੰਦ ਜਿਹੜਾ ਹਕੀਕੀ ਦਰਵੇਸ਼ ਉਹ ਕੀ ਕਹਿੰਦਾ ਹੈ ਨਾ ਕੋਈ ਬੈਣ ਬਿਰਾ ਸਾਡਾ ਨਾ ਕੋਈ ਸਾਡਾ ਖੇਸ਼ ਨਾ ਕੋਈ ਬੈਣ ਬਿਰਾ ਸਾਡਾ ਨਾ ਕੋਈ ਸਾਡਾ ਖੇਸ਼ ਮਾਂ ਪਿਓ ਜੰਮਦਿਆਂ ਮੋਇਆ ਸਾਡਾ ਲੋਕ ਕਹਿਣ ਦਰਵੇਸ਼ ਮਾਂ ਪਿਓ ਜੰਮਦਿਆਂ ਮੋਇਆ ਸਾਡਾ ਲੋਕ ਕਹਿਣ ਦਰਵੇਸ਼ ਦਰ ਦਰ ਪੌਣਾ ਰੱਬ ਰੱਬ ਕਹਿਣਾ ਇਹੋ ਕੰਮ ਅਸਾਡਾ ਦਰ 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 ਪੌਣਾ ਰੱਬ ਰੱਬ ਕਹਿਣਾ ਇਹੋ ਕੰਮ ਅਸਾਡਾ ਮਾਹੀ ਸਾਨੂੰ ਨਜ਼ਰ ਨਾ ਆਵੇ ਡਿੱਠਾ ਖੂਹ ਖੁਆਡਾ ਲੱਗੀ ਸਾਨੂੰ ਇਸ਼ਕ ਦੀ ਬਾ ਹੋਇਆ ਤਨ ਤੰਦੂਰ ਲੱਗੀ ਸਾਨੂੰ ਇਸ਼ਕ ਦੀ ਬਾ ਹੋਇਆ ਤਨ ਤੰਦੂਰ ਹਰ ਸਾ ਉਸਦੀ ਯਾਦ ਦਾ ਜੁਲਕਾ ਪਾ ਕੇ ਰਹੀਏ ਮਸਰੂਰ ਜੋ ਦਮ ਗਾਫਿਲ ਸੋ ਦਮ ਕਾਫਿਰ ਮੁਰਸ਼ਿਦ ਦੀ ਏ ਮਤ ਜੋ ਦਮ ਗਾਫਿਲ ਸੋ ਦਮ ਕਾਫਿਰ ਮੁਰਸ਼ਿਦ ਦੀ ਏ ਮਤ ਸੌ ਸੌ ਤਾਨੇ ਮਿਹਣੇ ਬਦੀਆਂ ਚਾ ਸੁਕਾਵਣ ਰੱਤ ਇਸ ਧਰਤੀ ਦੇ ਕੁੱਤੇ ਡਾਢੇ ਇਸ ਧਰਤੀ ਦੇ ਕੁੱਤੇ ਡਾਢੇ ਬੋਕਣ ਨਾਲੇ ਵੱਢਣ ਸਾਡਾ ਖਾਂਦੇ ਸਾਡਾ ਪੀਂਦੇ ਸਾਨੂੰ ਹੀ ਘਰੋਂ ਕੱਢਣ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਗੁਲਾਮ। ਮੁਰਸ਼ਿਦ ਔਰ ਦਰਵੇਸ਼ ਦੇ ਬਹੁਤ ਸਾਰੇ ਮਰਤਬਿਆਂ ਉੱਤੇ ਗੱਲ ਕਰਦੇ ਪਏ ਹਨ। ਜੇ ਕਿਸੇ ਸਮਝਣਾ ਹੋਵੇ ਨਾ ਮੁਰਸ਼ਿਦ ਕੀ ਹੈ, ਹਜ਼ਰਤ ਸੁਲਤਾਨ ਬਾਹਰ ਨੂੰ ਪੜ੍ਹ ਲਓ। ਮੁਰਸ਼ਿਦ ਦੀ ਕੁਆਲਿਟੀਜ਼ ਕੀ ਆਉਂਦੀਆਂ ਨੇ? ਜਿਹੜੇ ਆਖਦੇ ਨੇ ਕਿ ਪੇ ਪੀਰ ਮਿਲਿਆ ਜੇ ਪੀਰ ਨਾ ਜਾਵੇ ਉਸ ਨੂੰ ਪੀਰ ਕੀ ਦਰ ਨਾ ਹੋ, ਇਸ ਤੋਂ ਵੱਧ ਨਿਸ਼ਾਨੀ ਕਿਹੜੀ ਹੋ ਸਕਦੀ ਹੈ? ਯਾ ਲਤੀਫ ਸਾਹਿਬ ਕਿ ਮੁਰਸ਼ਿਦ ਕਾਮਿਲ ਉਹੋ ਬਾਹੋ ਜਿਹੜਾ ਧੋਬੀ ਵਾਂਗੂ ਛੱਟੇ ਹੋ। ਜਦੋਂ ਇਹ ਦੋਵੇਂ ਨਿਸ਼ਾਨੀਆਂ ਪੂਰੀਆਂ ਹੋ ਜਾਵੇ ਉਦੋਂ ਤਾਂ ਫਿਰ ਆਖਣਾ ਹੱਕ ਬਣਦਾ ਹੈ ਨਾ ਕਿ ਮੁਰਸ਼ਿਦ ਦਾ ਦੀਦਾਰ ਹੈ ਬਾਹੋ ਮੈਨੂੰ ਲੱਖ ਕਰੋੜਾਂ ਹੱਜਾਂ ਹੋ। ਬਹੁਤ ਸਾਰੇ ਦਰਵੇਸ਼ੀ ਦੇ ਸਿਲਸਿਲੇ ਨੇ, ਸਾਡਾ ਇਮਾਨ ਹੈ ਅੱਲਾਹ ਸਾਰਿਆਂ ਨੂੰ ਸਲਾਮਤ ਰੱਖੇ। ਮਕਾਮੀ ਸ਼ੋਰਾ ਸਾਡੇ ਤਿੰਨ ਸ਼ੋਰਾ ਪੜ੍ਹ ਗਏ ਨੇ, ਇਹਨਾਂ ਨੂੰ ਤੁਸੀਂ ਦਾਤ ਦਿਓ ਆ ਨਾ ਦਿਓ ਆ ਤੁਹਾਡਾ ਆਪਣਾ ਕੰਮ ਹੈ, ਤੁਹਾਡੇ ਘਰ ਦੇ ਜੀ ਨੇ। ਜਿਹੜੇ ਹੁਣ ਮੈਂ ਸ਼ਹਿਰ ਸਜਿੰਦਾ ਪਿਆ ਉਹਨਾਂ ਨੂੰ ਤੁਸੀਂ ਦਾਤ ਨਾ ਵੀ ਦਿਓ ਤਾਂ ਕੋਈ ਰੌਲਾ ਨਹੀਂ, ਕਿਉਂਕਿ ਦਾਤ ਤੁਹਾਥੋਂ ਆਪੇ ਲੈ ਲਈ ਸਨ ਗਏ। ਕਿਉਂਕਿ ਪਿੱਛੇ ਹੁਣ ਜਿਤਨੇ ਵੀ ਸਾਡੇ ਸ਼ਹਿਰ ਨੇ ਨਾਮੀ ਗ੍ਰਾਮੀ ਸ਼ਹਿਰ ਨੇ ਸਾਰੇ, ਯਾਰ ਇਹ ਦੋਸਤ ਮੁੜ ਕਿਉਂ ਜਮ੍ਹਾਂ ਹੋ ਜਾਂਦੇ ਹੋ? ਜਾਂ ਤਾਂ ਇਸ ਪਾਸੋਂ ਮੈਨੂੰ ਪਰਦਾ ਲਾ ਦਿਓ ਮੈਨੂੰ ਦੱਸੀ ਉਹ ਨਹੀਂ, ਜਾਂ ਮੈਂ ਇੱਥੇ ਆ ਜਾਣਾ ਤੁਹਾਨੂੰ ਖਲੋਵਣ ਕੋਈ ਨਹੀਂ ਦੇਣਾ। ਇੱਥੇ ਸਾਹਮਣੇ ਪਲੀਜ਼ ਆ ਜਾਓ, ਇੱਥੇ ਆ ਜਾਓ ਸਾਹਮਣੇ, ਇਹਨਾਂ ਤੋਂ ਭਾਵੇਂ ਸਹੁੰ ਚਵਾ ਲਓ ਇਹਨਾਂ ਨੂੰ ਸਾਰਾ ਕੁਝ ਦਿਸਦਾ ਪਿਆ ਨੇ। ਇਹਦੇ ਸਾਹਮਣੇ ਆ ਜਾਓ, ਸਾਹਮਣੇ ਆ ਕੇ ਬਹਿ ਜਾਓ, ਤਸ਼ਰੀਫ ਰੱਖੋ, ਬਾਇਜ਼ਤ ਤਰੀਕੇ ਮੁਸ਼ਾਇਰਾ ਸੁਣੋ। ਕਿਉਂ ਤੁਸੀਂ ਕੰਡਕਟਰ ਨਾਲ ਸਾਰਾ ਸਫ਼ਰ ਬਾਰਿਸ਼ ਖਲੋ ਕੇ ਕੱਟਣਾ? ਮਖਦੂਮ ਸਾਹਿਬ ਸ਼ੇਰ ਸਾਬਿਰ ਅਲੀ ਸਾਬਿਰ ਦਾ ਕਿ ਜੇ ਨਹੀਂ ਮੇਰੇ ਨਾਲ ਖਲੋਣਾ, ਥੋੜ੍ਹੇ ਲਫ਼ਜ਼ਾਂ ਦੇ, ਜੇ ਨਹੀਂ ਮੇਰੇ ਨਾਲ ਖਲੋਣਾ ਤੇ ਨਹੀਂ ਮੇਰੇ ਨਾਲ ਖਲੋਣਾ, ਜੇ ਨਹੀਂ ਮੇਰੇ ਨਾਲ ਖਲੋਣਾ ਤੇ ਨਹੀਂ ਮੇਰੇ ਨਾਲ ਖਲੋਣਾ, ਕੱਲਰ ਖਾਧੀ ਕਦ ਵਰਗਾ ਹਾਂ ਲੈ ਨਹੀਂ ਮੇਰੇ ਨਾਲ ਖਲੋਣਾ, ਕੱਲਰ ਖਾਧੀ ਕਦ ਵਰਗਾ ਹਾਂ ਲੈ ਨਹੀਂ ਮੇਰੇ ਨਾਲ ਖਲੋਣਾ। ਮੈਂ ਹੁਣ ਜਿਸ ਦੋਸਤ ਨੂੰ ਸਟੇਜ ਤੋਂ ਬੁਲਾਇੰਦਾ ਪਿਆ, ਛੋਟੀ ਉਮਰ ਦੇ ਵਿੱਚ ਬੜਾ ਵੱਡਾ ਨਾਮ ਕਮਾਇਆ ਉਹਨਾਂ ਨੇ, ਇੱਕ ਸਿਰਫ ਮਿਸਰਾ ਪੜ੍ਹ ਸਾਂ ਤੇ ਤੁਹਾਨੂੰ ਪਤਾ ਲੱਗ ਜਾ ਸੀ ਕਿ ਪਿੱਛੂ ਰੋ ਕੇ ਸੱਤ ਤਕਵੀਮ ਚ ਮਾਰੇ ਸਾਰੀ ਉਮਰ ਰੁਆਵਣਾ ਚਾਹੁੰਦੇ,
ਸਾਧ ਸੁਣ ਵੀ ਲਵੇ ਤਾਂ ਲੂਡੇ ਪਨ ਵਿੱਚ ਮਸਤੋਰਾ ਰਲ ਕੇ ਆਰਾਂਦਾ ਈ। ਇਮਦਾਦੁੱਲਾ ਤਕਵੀਮ, ਤਾੜੀਆਂ ਦਾ ਇਸਤਕਬਾਲ ਕਰੋ ਜੀ। ਛੋਟੀ ਉਮਰ ਚ ਬਹੁਤ ਵੱਡਾ ਨਾਮ, ਬਹੁਤ ਖੂਬਸੂਰਤ ਲਹਿਜੇ ਦੇ ਸੋਹਣੇ ਸ਼ਾਇਰ ਇਮਦਾਦੁੱਲਾ ਤਕਵੀਮ। بسم اللہ الرحمن الرحیم۔ جناب محترم میرے دادا استاد عبداللطیف شدائی، دادا شعرا، انہاں تو اجازت لیندے ہاں حاضری دا آغاز वस्ती है, वस्ती है रहमत सदा हर थां मेरी सरकार दी। जनाबे खिची साहब, वस्ती है रहमत सदा हर थां मेरी सरकार दी, धूम है दो जग उते ताही तां मेरी सरकार दी। वस्ती है रहमत सदा हर थां मेरी सरकार दी, धूम है दो जग उते ताही तां मेरी सरकार दी। निहायत इल्तमास नाल तवज्जो जैसा, वसदी है रहमत सदा हर थां मेरी सरकार दी, धूम है दो जग उते ताही तां मेरी सरकार दी। और सब तू जिया शाना आला पाक जिहिंदा लाल है, सब तू जिया शाना आला पाक जिहिंदा लाल है, हो सी कितनी ओ मुअज्जम मां मेरी सरकार दी। सब तू जिया शाना आला पाक जिहिंदा लाल है, हो सी कितनी ओ मुअज्जम मां मेरी सरकार दी। और इख्तसार नु वेदियो ना इस ना शरीफ दा दिल के मिसले बाजू है अली ते फातिमा लखते जिगर, मिसले बाजू है अली ते, मिसले बाजू है अली ते फातिमा लखते जिगर, दिल हसन है ते हुसैन जा मेरी सरकार दी। दिल हसन है ते हुसैन जा मेरी सरकार दी, ओना ते तकवीम कोई दुख कदी नहीं वेखना, है सजाई बजम घर जिन्ना मेरी सरकार दी। कदी शूम सखी नहीं हो सकदा बूए हातिम ताई लिखवा के, मैं बिल्कुल खुले लफ्ज नाल शेर पढ़दा पिया, अगा तुहाड़ी मर्जी दाद दियो या ना। कदी शूम सखी नहीं हो सकदा बूए हातिम ताई लिखवा के, बंदे वक्ती कम काट लैंदे हैं ना प्यो दा यार वटा। कदी शूम सखी नहीं हो सकदा बूए हातिम ताई लिखवा के, बंदे वक्ती कम कट लैंदे हैं ना प्यो दा यार वटा के। ते कूड़ा कदी वी ना सचिया रोसी, कूड़ा कदी वी ना सचिया रोसी, अन्य गामन ना रखवा के, चित्तू कतन कजाक नहीं हो सकदा फोटू राठा नाल छिका के। मैं जनाब तपदा
कदी शूम सखी नहीं हो सकता बूए हाथ मताई लिखवा के, कदी शूम सखी नहीं हो सकता बूए हाथ मताई लिखवा के। बंदे वक्ती काम कट लेंदे हैं ना प्योदा यार वटा के, ते कूड़ा कदी भी ना सचियार उसी अन्य गामन ना रखवा के। चित्तू कतन कजाक नहीं हो सकता फोटू राठा नाल छिका के। और एक ईद गुजरी है शेर है के अखी ओदरिया होइया ईद ते दे खड़े लपदियां साई रह गईया। मैं बिल्कुल मुख्तसर पढ़ना है। अखी ओदरिया होइया ईद ते दे खड़े लपदियां साई रह गईया। तकवीम मरेंदियां रब दी सो वत चेर ताई डाई रह गईया। ते होया की ओ लपता गए पर मेरिया फतरा जिथे हैं उठाई रह गईया। जूना मुलाख नू मिल दिया देला छड़िया मेरिया अड़िया बाई रह गई। मैं आखिरी शेर के हिको प्यार भी उमर नु बहु हो रंदा है जे चंगे बशर दे नाल हो जावे। हिको प्यार भी उमर नु बहु हो रंदा है जे चंगे बशर दे नाल हो जावे। सिक इंज दी रखिए दुनिया ते मुढ़ो कायम मिसाल हो जावे। ते असूल ते इंज है सिक इंज दी रखिए दुनिया ते मुठु कैम मिसाल हो जावे। तकवीम विराग दी चस्ता है दिल इंज लज पाल हो जावे। जू आवे सज्जन नु चीर ता हक बनदा है बंदा नाल हलाल हो जावे। ए तुसा दोस्त वास्ते तीन शेरा दी गजल मैं उस्तादा दे मेहरबानी जनाब इमरान साहब। कज ज़ुल्फ़ानो कज ज़ुल्फ़ानो बदल काले बन वैसन। कज ज़ुल्फ़ानो बदल काले बन वैसन हाड़ महीने धुंदा पाले बन वैसन। कज ज़ुल्फ़ानो बदल काले बन वैसन हाड़ महीने धुंदा पाले बन वैसन। खिजी साहब ए अखियां हैं अखियां ईरान दे इन्हां नूं, ए अखियां हैं अखियां ईरान दे इन्हां नूं, तू रुसियो तां वत परनाले बन वैसन। ए अखियां हैं मैं इख्तसार वास्ते मकता ही छोड़ देना है। ए अखियां हैं अखियां ईरान दे इन्हां नूं, तू रुसियो तां जनाब शबीर साहब तू रुसियो तां वत परनाले बन वैसन। ते हुण चाही वत नाना चावी फुल्लां दा, हुण चाही जनाब शबीर साहब हुण चाही वत नाना चावी फुल्लां दा। ओ नाजिक डोला जिपते छाले बन वैसन, हुण चाही वत नाना चावी फुल्लां दा। नाजिक डोला जिपते छाले बन वैसन। और मेरी हाजरी दा खिशर के पकना जेड़े पकना जेड़ियां अर्क मिसल तकवीम आहिन, पकना जेड़ियां अर्क मिसल तकवीम आहिन। उवे अखियां जहर दे प्याले बन वैसन। कज ज़ुल्फ़ानो धुंदा पाले बन वैसन, कज ज़ुल्फ़ानो बदल काले बन वैसन, हाड़ महीने धुंदा पाले बन वैसन।